ਸਥਰੀਅ ਕਾਲ ਦੀ ਕੈਨੇਡਾ ਦੇ ਫਲਾਈਟਾਂ ਦੇ ਬਾਰੇ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਬਹੁਤ ਸਾਰੀ ਖਬਰਾਂ ਆ ਰਹੀਆਂ ਸਨ ਕਿ ਕੈਨੇਡਾ ਭਾਰਤ ਤੋਂ ਆਉਣ ਵਾਲੇ ਫਲਾਈਟਾਂ ਦੇ ਉੱਪਰ ਪਾਬੰਦੀ ਲਗਾਊਗਾ ਪਰ ਇਸ ਦੇ ਬਾਰੇ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਗਈ ਹੈ ਅਤੇ ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਉਮਰ ਅਲਗਬਰਾ ਦਾ ਕਹਿਣਾ ਹੈ ਕਿ ਕੋਵਿਡ-19 ਦੇ ਵਧ ਰਹੇ ਮਾਮਲੇ ਅਤੇ ਵਾਇਰਸ ਦੇ ਵੇਰੀਐਂਟਸ ਦੀ ਚਿੰਤਾ ਦੇ ਵਿਚਕਾਰ ਕੈਨੇਡਾ ਨੇ 30 ਦਿਨਾਂ ਲਈ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ਤੇ ਪਾਬੰਦੀ ਲਗਾ ਰਿਹਾ ਹੈ ਫੈਡਰਲ ਸਰਕਾਰ ਦੇ ਅਨੁਸਾਰ ਪਿਛਲੇ 2 ਹਫ਼ਤਿਆਂ ਵਿੱਚ ਕੈਨੇਡਾ ਵਿੱਚ 100 ਤੋਂ ਵੱਧ ਅੰਤਰਰਾਸ਼ਟਰੀ ਫਲਾਈਟਾਂ ਲੈਂਡ ਹੋਈਆਂ ਜਿਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਕੋਵਿਡ-19 ਦਾ ਕੇਸ ਮਿਲਿਆ ਹੀ ਹੈ ਅਤੇ ਕੈਨੇਡਾ ਦੇ ਵਿੱਚ ਲੈਂਡ ਹੋਈਆਂ ਇਹਨਾਂ ਫਲਾਈਟਾਂ ਦੇ ਵਿੱਚ ਘੱਟੋ-ਘੱਟ 32 ਫਲਾਈਟਾਂ ਭਾਰਤ ਤੋਂ ਸਨ ਮੰਤਰੀ ਨੇ ਸ਼ੁਵੀਰਵਾਰ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਫੈਸਲੇ ਦੇ ਬਾਰੇ ਐਲਾਨ ਕੀਤਾ ਅਤੇ ਉਹਨਾਂ ਕਿਹਾ ਕਿ ਮੈਂ ਭਾਰਤ ਅਤੇ ਪਾਕਿਸਤਾਨ ਤੋਂ ਕੈਨੇਡਾ ਆਉਣ ਵਾਲੀਆਂ ਸਾਰੀਆਂ ਵਪਾਰਕ ਅਤੇ ਯਾਤਰੀ ਦੀਆਂ ਉਡਾਣਾਂ ਨੂੰ 30 ਦਿਨਾਂ ਲਈ ਮੁਅਤਲ ਕਰ ਰਿਹਾ ਹਾਂ ਹੋਰ ਕੀ ਕਿਹਾ ਮੰਤਰੀ ਨੇ ਤੁਸੀਂ ਵੀ ਸੁਣੋ ਬਿਊਰੋ ਰਿਪੋਰਟ ਖ Due to the continued spread of variants of concern, I am announcing new rules for some international travel. In addition to the multi-layered approach on COVID-19 already in place, given the higher number of cases of COVID-19 detected in air passengers arriving in Canada from India and Pakistan, Transport Canada is issuing a notice to airmen, or NOTAM, to halt direct passenger air traffic from those countries effective 11:30 p.m. eastern time tonight i am suspending all commercial and private passenger flights arriving in canada from india and pakistan for 30 days cargo flights will be allowed to ensure the continued supply of vaccines ppe and other essential goods this is a temporary measure while we assess the evolving situation and determine appropriate measures going forward